गोपाल गुर गुर पूरन नारायण गुर दयाल समरथ गुर गुर नानक पतत उदारण है पर तख देह पार ब्रह्म स्वामी आद रूप पोखण परण सतगुर गुर सेव अलख गत जाके श्री रामदासो तारण तरण चवर शतर तखत दे मालक साहेब श्री गुरु ग्रंथ साहिब जी की पावन हजूरी विच सज बैठी गुरु प्यारी खालसा साध संगत दी फतेह प्रवान करो। वाहगुरु जी का खालसा वाहगुरु जी की फतेह। धन धन श्री गुरु रामदास साहिब सच्चे पातशाह जी दे प्रकाश दिहाड़े नू समर्पित गुरुद्वारा श्री गुरु सिंह सभा जवाहर कलोनी पंजाबी महला फरीदाबाद दे विचाप सरबत संगतां हाजरीन हो विशेष उपराला युवा पीढ़ी ने कीता है और इस गुरताम दे प्रबंधक जन सहयोग कर रहे ने जो इत्थे आप संगता सोढ़ी सुल्तान पातशाह नूं याद कर रहे हो और सिख जगत दे विच सिरमौर सेवावां निभाउण वाले महापुरश ब्रह्म वेते बाबा बुढ़ा जी उन्हां नूं वी आपां याद कर रहे हां। लंबेरा समां उसे ही जगह ते सेवा विच हाजरीन रहे सिंह साहब ज्ञानी जसविंदर सिंह होनी आप सरबत संगत नूं गुरु रामदास पातशाह बाबा बुढ़ा जी दे संखेप जीवन सरवण करवा के हटे ने। आओ श्री गुरु रामदास पातशाह दी जो अगम्मी वड्याई है उसनू गा करके अपने जीवन नू सफला करिए। गुरु ग्रंथ साहिब सच्चे पातशाह ने गुरु दे रुतबे बाबत ए बचन कहे ने जग जीवन जगन्नाथ जल थल मह रहया पूर बहो बिद वर्णन सतगुर गुर सेव अलख गत जाकी श्री रामदास तारण तरण। किंदे जेड़ा परमात्मा हर जरे विच जोत बन के समाया है हर अख दी रोशनी है हर जिसम दी रूह है जेड़ा खाली भांडिया नूं भरन वाला है चाहे वह दौलतां शोहरतां ने यह तन की झोली है चाहे मन की झोली है नाम नाल भरन वाला ऊणिया नूं पूरे करन वाला जेड़ा परमेश्वर है ऐसे गुरु पातशाह दीन दुनिया दे मालक अकाल पुरख गुरु रामदास पातशाह दे रूप विच दुनिया ते प्रगट होए और जेड़ा भी गुरु रामदास पातशाह दे दर ते झुक जावेगा सेवा करेगा सजदा करेगा
ਕਹਿੰਦੇ ਉਹ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਪਾਰ ਲੰਘੇਗਾ ਕਿਉਂਕਿ ਗੁਰੂ ਰਾਮਦਾਸ ਹੀ ਉਹ ਨਾਮ ਦਾ ਜਹਾਜ਼ ਨੇ ਜੋ ਭਵਸਾਗਰ ਤੋਂ ਪਾਰ ਲਾਉਂਦਾ ਹੈ। ਜਿਤਨੇ ਚਾਹੇ ਤੁਸੀਂ ਕਥਾਕਾਰ ਬੁਲਾ ਲਵੋ, ਪ੍ਰੋਫੈਸਰ ਬੁਲਾ ਲਵੋ, ਵਿਦਵਾਨ ਰਾਗੀ ਢਾਡੀ ਬੁਲਾ ਲਵੋ, ਇੰਨਾ ਕੀ ਗੁਰੂ ਰਾਮਦਾਸ ਨੂੰ ਬਿਆਨ ਕਰ ਸਕਦੇ ਨੇ ਜਿੰਨਾ ਸਾਗਰ ਚੋਂ ਇੱਕ ਕਤਰਾ। ਅਲੱਖ ਲਫ਼ਜ਼ ਵਰਤਿਆ ਹੈ ਗੁਰੂ ਰਾਮਦਾਸ ਲਈ ਬਾਣੀ ਨੇ, ਕਹਿੰਦੇ ਉਹਦੀ ਗੱਤ ਉਹਦੀ ਵਡਿਆਈ ਸੁਰਤੀ ਦੀ ਪਕੜ ਤੋਂ ਬਾਹਰੀ ਹੈ, ਸੁਰਤੀ ਦੀ ਔਕਾਦ ਪੁੱਜੇ ਵਾਲੀ ਹੈ ਅਤੇ ਗੁਰੂ ਰਾਮਦਾਸ ਸਾਗਰ ਹੈ। ਐਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਬਾਰੇ ਭੱਟਾ ਨੇ ਕਿਹਾ ਹੈ, ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ, ਸਮਰੱਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ। ਜਿਹੜਾ ਗੁਰੂ ਰਾਮਦਾਸ ਦੇ ਗੀਤ ਗਾਵੇਗਾ, ਜਿਹੜਾ ਗੁਰੂ ਰਾਮਦਾਸ ਦਾ ਨਾਮ ਜਪੇਗਾ, ਉਹਦੇ ਬੋਲ ਸੁਣ ਲਵੇਗਾ, ਉਹਦੀ ਬਾਣੀ ਸੁਣ ਲਵੇਗਾ, ਜ਼ਿਹਨ ਵਿੱਚ ਟਿਕਾ ਲਵੇਗਾ, ਇੱਕ ਤਾਂ ਉਹਨੂੰ ਸਹਿਜ ਸਮਾਧ ਪ੍ਰਾਪਤ ਹੋਵੇਗੀ, ਭਾਵ ਉਹਦਾ ਮਨ ਟਿਕੇਗਾ, ਗਿਆਨ ਹਾਸਲ ਹੋਵੇਗਾ, ਸ਼ਾਂਤੀ ਮਿਲੇਗੀ, ਉਹਦੇ ਸੋਗ ਉਹਦੇ ਡਿਪਰੈਸ਼ਨ ਮਿਟ ਜਾਣਗੇ ਔਰ ਕਲਯੁਗ ਦੇ ਦੁੱਖਾਂ ਦੇ ਭਿਅੰਕਰ ਸਮੇਂ ਵਿੱਚੋਂ ਸਾਗਰ ਚੋਂ ਕਹਿੰਦੇ ਪਾਰ ਲੱਗ ਜਾਵੇਗਾ। ਗੁਰੂ ਰਾਮਦਾਸ ਦੇ ਨਾਮ ਦੀ ਮਹਿਮਾ ਐਸੀ ਹੈ। ਬੜਾ ਸੁੰਦਰ ਪਾਤਸ਼ਾਹ ਨੇ ਅੱਗੇ ਕਿਹਾ ਹੈ ਬਾਣੀ ਵਿੱਚ, ਕਹਿੰਦੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਕਈ ਕਹਿ ਦਿੰਦੇ ਕਰਾਮਾਤ ਨਹੀਂ ਹੁੰਦੀ, ਔਰ ਦਾਵਾ ਵੀ ਸਿੱਖ ਜਗਤ ਦੀ ਸਟੇਜ 'ਤੇ ਬਹਿ ਕੇ ਕਰ ਬਹਿੰਦੇ ਨੇ ਵੀ ਸਿੱਖੀ 'ਚ ਕਰਾਮਾਤ ਹੈ ਨਹੀਂ ਹੈ, ਇਹਨਾਂ ਬਾਣੀ ਧਿਆਨ ਨਾਲ ਨਹੀਂ ਪੜ੍ਹੀ। ਸਿੱਖ ਜਗਤ ਖਲੋਤਾ ਹੀ ਕਰਾਮਾਤ 'ਤੇ ਹੈ। ਸਾਫ਼ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਵਿੱਚ ਇੰਨੀ ਕਰਾਮਾਤ ਹੈ, ਜੇ ਤੂੰ ਗੁਰੂ ਰਾਮਦਾਸ ਦਾ ਨਾਮ ਜਪੇਗਾ, ਤੇਰੇ ਘਰ ਦੇ ਵਿੱਚ ਨਿੱਧ ਖਜ਼ਾਨੇ ਆਉਣਗੇ, ਰਿੱਧ ਤੇ ਸਿੱਧ ਹਾਸਲ ਹੋਵੇਗੀ। ਹੁਣ ਜਿਹੜਾ ਸਿੱਧ ਲਫ਼ਜ਼ ਹੈ ਨਾ, ਇਹ ਅਜ਼ਮਤ ਲਈ ਆਇਆ ਹੈ, ਕਰਾਮਾਤ ਲਈ ਆਇਆ ਹੈ। ਬਾਣੀ ਚਾਹੁੰਦਾ ਨਾ ਸੁਣਿਆ ਸਿੱਧ ਪੀਰ ਸੁਰ ਨਾਥ, ਨਾਮ ਸੁਣਨ ਵਾਲਾ ਸਿੱਧ ਹੋ ਜਾਂਦਾ ਹੈ, ਜਿਹਦੇ ਗਲੂਏ ਮੁਬਾਰਕ ਚੋਂ ਨਾਮ ਬੋਲ ਬਣ ਕੇ ਨਿਕਲੇ, ਜਿਹਦੇ ਜ਼ਿਹਨ ਵਿੱਚ ਨਾਮ ਟਿਕ ਜਾਵੇ, ਕਹਿੰਦੇ ਉਹ ਇਨਸਾਨ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾਂਦਾ ਹੈ, ਕਰਾਮਾਤੀ ਹੋ ਨਿਬੜਦਾ ਹੈ। ਹੀ ਵਿਲ ਗੋਟ ਆਲ ਦਾ ਸਪਿਰਚੁਅਲ ਮਿਰੈਕੂਲਸ ਪਾਵਰਸ, ਜਿੰਨੀਆਂ ਵੀ ਅਜ਼ਮਤਾਂ ਨੇ ਉਹਦੇ ਹੱਥਾਂ 'ਤੇ ਨੱਚਦੀਆਂ ਨੇ। ਬਾਣੀ ਇਹ ਗੱਲ ਸਮਝਾਉਂਦੀ ਹੈ, ਜੋ ਕੁਝ ਵੀ ਚਾਹੀਦਾ ਹੈ ਗੁਰੂ ਰਾਮਦਾਸ ਬਖਸ਼ਣ ਵਾਲੇ ਬਖਸ਼ਿੰਦ ਨੇ। ਅੱਛਾ, ਜਿਹੜਾ ਰਾਮਦਾਸ ਲਫ਼ਜ਼ ਹੈ ਨਾ, ਇਹਦੀ ਡੈਫੀਨੇਸ਼ਨ ਭਾਈ ਨੰਦ ਲਾਲ ਜੀ ਨੇ ਫਾਰਸੀ ਵਿੱਚ ਦਿੱਤੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ 5 ਗੁਰੂਆਂ ਦੇ ਨਾਮ ਨੇ। ਇੱਕ ਜਗ੍ਹਾ ਹਰਗੋਬਿੰਦ ਲਫ਼ਜ਼ ਆਉਂਦਾ ਹੈ। ਜੇ 10 ਨਾਮ ਤੁਸੀਂ ਪੜ੍ਹਨੇ ਨੇ ਫਿਰ ਚੰਡੀ ਦੀ ਵਾਰ ਦਸਮ ਗ੍ਰੰਥ ਪੜ੍ਹਨਾ ਪੈਂਦਾ, ਉਹਦੇ ਵਿੱਚ 10 ਗੁਰੂਆਂ ਦੇ ਨਾਮ ਨੇ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈਂ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ। ਇਹ ਹੋ ਗਏ 9 ਨਾਮ। 10ਵਾਂ ਆਉਂਦਾ ਹੈ ਵਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ। 10ਵੇਂ ਪਾਤਸ਼ਾਹ ਤੋਂ ਬਾਅਦਾ ਇਹ 10 ਨਾਮ ਭਾਈ ਸਾਹਿਬ ਭਾਈ ਨੰਦ ਲਾਲ ਨੇ ਲਿਖੇ ਨੇ। ਭਾਈ ਗੁਰਦਾਸ ਜੀ ਨੇ 6 ਨਾਮ ਲਿਖੇ ਨੇ 6 ਗੁਰੂਆਂ ਦੇ।
फिर जिहड़ा भाई गुरदास दूजा है उन्हें अगे अगलिया पातशाहियां दे नाम लिखे ने। खैर भाई नंद लाल जी ने नाम लिखे ने नाल नाल परशियन विच फारसी विच डेफिनेशन भी दसा नावां दी दित्ती है। गुरु रामदास पातशाह दी शान विचो गुरु गोबिंद सिंह महाराज दे 52 कवियां चो सिरमौर कवि भाई नंद लाल अपनी पुरजोर कलम दा साढ़े सावें प्रगटावा करदे होए बचन करदे ने राए करामात इंतहाए शरूहे हर जिसम अलफे बादी अला तू अजहर इसम। इहदे अर्थ समझियो भाई साहिब भाई नंद लाल कहिंदे राए भाव रामदास दा पहला रारा ये अर्थ रखता है कि गुरु रामदास साहिब सचे पातशाह अनंत बेअंत ताकतां दे मालक ने वारस ने उन्हां दा जिहड़ा शरीर है पावन उहदे अंदर जो परमेश्वर की अगमी जोत है जो हर जरे विच समाई हुई है वो निर्गुण जोत ते गुरु रामदास सरगुण स्वरूप दोवें एक मिक ने। परमात्मा विच ते गुरु रामदास विच कोई फर्क नहीं है। कहिंदे मेरी नज़र हर शरीर दे विच जिस रूह नूं वेखदी है वो रूह गुरु रामदास दी है। हर अख दे विचला जिहड़ा नूर है वह गुरु रामदास है। गुरु ग्रंथ साहिब भी तो कहिंदे ने ना धन धन रामदास गुर जिन सिरिया तिने सवारिया पूरी होई करामात आप सिरजन हारै धारिया। कहिंदे गुरु रामदास जो एक शरीर का नाम है ये मुजस्मा अकाल पुरख ने बड़ा रीझ के तैयार किया। शरीर तैयार करके उसनू सवारिया सुंदर बनाया फिर कहिंदे अपनी पूरी करामात लैके जिहड़े कहिंदे करामात है नहीं वह अर्थ समझियो अपनी समुची अजमत लैके परम ईश्वर आप सिरजन हारै धारिया उस महल विच टिक गया उस शरीर नू अकाल पुरख ने धार लिया। हुण शरीर ते अपने सारिआं दे वी रब ने ही बनाए ने पर थोड़ा जिहा फासला है। तुहाडे चो कोई ना कोई बिल्डर भी होवेगा कोई कंस्ट्रक्शन का काम करदा होवेगा जिहड़े वड्डे बिल्डर होंदे ने ना वह की करदे ने भी जिहड़ा मकान ते वेचना है मार्केट विच उहनू ते चलंत जिहा समान लाउणगे सस्ती टाइल लाती इट्टां लातियां टूटियां टुटियां भज्जियां ला के कम नबेड़ के वेच दिता ते जिथे आप रहना होवे ना उत्थे चंगा इटैलीअन मार्बल लाउणगे चंगियां टूटियां छूटियां लाउणगे चंगे इंटीरियर डिजाइनर लाउणगे चंगा सुहप्पण देणगे उस महल नूं क्यों आप टिकणा है। इउं समझ लो भी आपां नूं ते रंचक मात्र समें च ही बनाया है परमेश्वर ने। ये ठीक है सभना विच उहदी जोत है पर अपने खास वसेबे लई एक महल तैयार किया उस महल का नाम गुरु रामदास है। फिर की होया जी आप सिरजन हार है धारिया उस शरीर नूं धारिया अकाल पुरख ने लोकाई नूं तारन दे लई। हुण ओह अकाल पुरख दा स्वरूप ने भाई नंद लाल कहिंदे ओह जोत स्वरूप भी ने सरगुण भी ने शब्द स्वरूप भी ने। सो हर शरीर विच मैनूं रूह जो दिखदी है गुरु रामदास है जो अखां दा नूर है ओह गुरु रामदास है। अगे है रारे दे नाल कन्ना ते फारसी दे विच अल्फ कहिंदे ने कन्ने नूं ते व्याकरण है तुहाडे नाल जिहड़ी सांझी कर रहा हुण लफ्ज़ वरत्या है अलिफे जिहड़ा गुरु रामदास पातशाह दे नाम विचला रारे दे नाल लगा होया पहला कन्ना है। इहदा भाव यह है भी गुरु रामदास दा जिहड़ा रुतबा है
वो सब तो उच्चा है और गुरु रामदास इकला ऐसी बुलंद हस्ती है जेदे तुल दुनिया ते कोई ना होया है ते ना होवेगा। इनू भट साहिबान कहिंदे ने श्री गुरु साहिब सब ऊपर सब देवी देवते रहबर महापुरश आपां सारिआं दा सत्कार करदे आ क्योंकि हर धर्म की आपो अपनी मनौत है पर कहिंदे गुरु का रुतबा सब तो महान है द ग्रेटस्ट ऑफ ऑल इज सुप्रीम गुरु रामदास उहदे तो वड्डा कहिंदे कोई नहीं है। अगले बचन ने भाई साहब भाई नंद लाल दे मीमे शारा पा तकरीमश महबूबे सुबहानुल अजीम वादाले बा आलिफश दायमा बाहक मुकीम। भाई साहब भाई नंद लाल कहिंदे ने मीमे ममे नू कहा है रारे ना कन्ना तो फिर अगे ममा आ गया रामदास कहिंदे जेड़ा मीम है ना ममे तो भाव यह है भी गुरु साहब सच्चे पातशाह उन्हां दा समुचा शरीर शीश तो लैके कदमा ताई पवित्रता दे सहित है सब नालों पाक है और समुची लोकाई गुरु रामदास की इज्जत करती है उन्हां दे अगे सिजदा सारे करते ने वो बड़े निर्मल ने उन्हां च कोई मैल नहीं है विकारां दी। बाणी दा फुरमान है गुर दरियाओ सदा जल निर्मल मिलिया दुरमत मैल हरै। गुरु बड़ा पावन है जेड़ा गुरु विच मिल जावे ना गुरु ओदी भी मैल हर लैंदा है। सतगुर पाया पूरा नावण पशु प्रेतोह देव करै किन्ने क निर्मल हो जाओगे। कहिंदे तुहाडे विच जिहड़ी पशु बिरती है ना पशु बिरती की है काम क्रोध लोभ मोह हंकार अपना सुभा ऐसा क्यों है। कहिंदे क्योंकि 84 लाख जूना विच ज्यादा पशु ही रहा है कीट पतंग ही रहा है पशु पंछी बनिया रहा है कई जन्म पए कीट पतंगा कई जन्म का जमीन कुरंगा 84 लाख जोन भरमाया हुण लंबेरा समा जिहड़ियां जूना विच रहा है चम बदल गया मनुखा जामा मिल गया मन नहीं बदलिया मन ओही है हुण पशु का की सुभा है। रज के चारा खावेगा ते जदों अपना चारा मुक जावे ते वह दूजे पशुआं नूं ढुड मारदा है उन्हां दा चारा भी खावेगा। बंदे दा सुभा है अपनी किरत कर ली इकट्ठा कर लिया फिर मुरदार खाण दौड़दा है लोकां नाल पैसे पिछे लड़दा है जिवें पशु रज पुज के लेटे मारदा है। बंदे दा भी सुभा ऐसा है रब दे गीत नहीं गाउंदा ज्यादा छकेगा फिर दलिद्र घेरेगा लिटिया रहेगा सौंके जन्म जाई गवावेगा। ते जां पशु कामुक है काम बस होया पता नहीं किहदे ते वार कर देवे औलाद पैदा करेगा बंदे दा भी यही सुभा है काम बस होया जीवन बतीत कर दिंदा है अपनी इस्तरी छड के गैर इस्तरी वल दौड़दा इस्तरी अपना मर्द छड के गैर मर्द वल दौड़दी है। पशु वांगू इतने कामुक हो गए होश ना रही ते फिर जिवें टुडो टुडी हुंदे ने पशु ते इदां ही लोक लड़दे ने। साडा फर्क की है पशुआं नाल ओ ए सी भी पशु जिहड़े ने आवाज़ ते लाउंदे ने पर उहनां कोल सोझी नहीं रब दे गीत गा सकण सानू उहने रसना दित्ती है रब दे गीत गाउण लई। रब मिले नजात मिले 84 लाख जूना चों मुक्ति पाईए जदों नाम नहीं जप पाउंदे बाकी सारे कर्म अगे पशुआं वाले ने इहनूं कहिंदे ने करतूत। पशु की मानस जात लत्तां दो ने करतूत सारी पशुआं वाली है बना बंदा दिता परमात्मा ने। हुण गुरु ग्रंथ साहिब कहिंदे ने गुरु रामदास एडे निर्मल ने
ਉਹਨਾਂ ਦਰਿਆ ਰੂਪ ਗੁਰੂ ਪਾਤਸ਼ਾਹ ਅੰਦਰ ਜਿਹੜਾ ਚੁੱਭੀ ਲਾਵੇ ਨਾ, ਉਹਨਾਂ ਦੀ ਸੰਗਤ ਕਰੇ, ਉਹਨਾਂ ਦੀ ਬਾਣੀ ਵਿੱਚ ਮਨ ਦਾ ਇਸ਼ਨਾਨ ਕਰਵਾਵੇ, ਉਹਦੀ ਪਸ਼ੂ ਬਿਰਤੀ ਉਹਦੇ ਵਿਕਾਰ ਧੁੱਪ ਜਾਂਦੇ ਨੇ, ਉਹ ਦੇਵਤਾ ਉਹ ਨਿਬੜਦਾ ਹੈ, ਉਹ ਮਹਾਪੁਰਸ਼ ਹੋ ਨਿਬੜਦਾ ਹੈ, ਪ੍ਰੇਤ ਤੋਂ ਦੇਵ ਬਣ ਜਾਂਦਾ ਹੈ। ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਲਫ਼ਜ਼ ਵਰਤਦੇ ਨੇ, ਦਾਲੇ ਦੱਦੇ ਨੂੰ ਕਿਹਾ ਜਾਂਦਾ ਹੈ, ਰਾਰਾ ਕੰਨਾ ਮੰਮਾ ਤਿੰਨ ਅੱਖਰ ਹੋ ਗਏ ਲਗਾ ਮਾਤਰਾ ਸਣੇ, ਚੌਥਾ ਅਲਫਾਜ਼ ਹੈ ਦੱਦਾ। ਭਾਈ ਨੰਦ ਲਾਲ ਕਹਿੰਦੇ ਨੇ ਦੱਦੇ ਦਾ ਭਾਵ ਤੇ ਦੱਦੇ ਦੇ ਨਾਲ ਲੱਗੇ ਅਲਫ ਕੰਨੇ ਦਾ ਭਾਵ, ਦੋ ਕੰਨੇ ਆਉਂਦੇ ਨੇ ਨਾ ਨਾਮ ਵਿੱਚ, ਸਮਝਾਉਂਦੇ ਨੇ ਸਾਨੂੰ ਵੀ ਗੁਰੂ ਰਾਮਦਾਸ ਪਾਤਸ਼ਾਹ ਤੇ ਰੱਬ ਦੀ ਜਾਤ ਇੱਕ ਹੈ। ਗੁਰੂ ਰਾਮਦਾਸ ਵਿੱਚ ਪਰਮੇਸ਼ਵਰ ਸਵਾਏ ਨੇ ਤੇ ਪਰਮਾਤਮਾ ਵਿੱਚ ਗੁਰੂ ਰਾਮਦਾਸ ਸਮਾਇਆ ਹੈ, ਸਦਾ ਉਹ ਇੱਕ ਮਿੱਕ ਨੇ। ਗੁਰੂ ਰਾਮਦਾਸ ਆਪਣੇ ਨਿਰਗੁਣ ਸਰੂਪ ਦੇ ਪੱਲੇ ਨਾਲ ਬੱਝੇ ਰਹਿੰਦੇ ਨੇ। ਬਾਣੀ ਚਾਹੁੰਦਾ ਨਾ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਅਕਾਲ ਪੁਰਖ ਨੇ ਆਪਣਾ ਆਪ ਗੁਰੂ ਰਾਮਦਾਸ ਵਿੱਚ ਰੱਖ ਕੇ ਲੁਕਾਈ ਤੇ ਪ੍ਰਗਟ ਕਰ ਦਿੱਤਾ ਵੀ ਗੁਰੂ ਰਾਮਦਾਸ ਪਰਮਾਤਮਾ ਦਾ ਸਰੂਪ ਹੈ। ਅਖੀਰਲੇ ਅੱਖਰ ਸੱਸਾ। ਹੁਣ ਰਾਮਦਾਸ ਵਿਚਲਾ ਜਿਹੜਾ ਸੱਸਾ ਹੈ ਨਾ, ਉਹਦੇ ਬਾਰੇ ਭਾਈ ਨੰਦ ਲਾਲ ਪਰਸ਼ੀਅਨ ਵਿੱਚ ਕਹਿੰਦੇ ਨੇ, ਸੀਨੇ ਆਖਰੀ ਨਸ਼ ਸਰ ਅਫਰਾਜ਼ੇ ਹਰ ਬੇਕਸ ਵਾ ਬਾਦਸਤਗੀਰੀਏ ਆਜ਼ਿਜ਼ਾਂ ਹਰ ਦੋ ਆਲਮ ਰਾਬਸ। ਕਹਿੰਦੇ ਐ ਗੁਰੂ ਰਾਮਦਾਸ ਪਾਤਸ਼ਾਹ, ਤੇਰੇ ਨਾਮ ਵਿਚਲਾ ਸੀਨੇ ਭਾਵ ਸੱਸਾ ਇਹ ਐਸੀ ਅਜ਼ਮਤ ਰੱਖਦਾ ਹੈ, ਉਪਦੇਸ਼ ਦਿੰਦਾ ਹੈ। ਜਿਤਨੇ ਵੀ ਦੀਨ ਨੇ, ਗਰੀਬ ਨੇ, ਇੱਥੇ ਇਕੱਲੇ ਤਨ ਦੀ ਗਰੀਬੀ ਨਹੀਂ ਹੈ, ਮਨ ਦੀ ਨਿਰਮਾਣਤਾ ਨੂੰ ਗਰੀਬੀ ਕਿਹਾ ਹੈ। ਜੋ ਤੇਰੇ ਦਰ ਤੇ ਦੀਨ ਹੋ ਗਿਆ, ਨਿਰਮਾਣ ਹੋ ਗਿਆ, ਸੱਸੇ ਤੋਂ ਭਾਵ ਹੈ ਉਹਨਾਂ ਦਾ ਸਰ ਬੁਲੰਦ ਕਰ ਦਿੰਦਾ ਹੈ, ਉਹਨਾਂ ਦੀ ਗਰੀਬੀ ਕੱਟ ਕੇ ਉੱਚਿਆਂ ਉਠਾ ਦਿੰਦਾ ਹੈ। ਜੇ ਵਿਕਾਰਾਂ ਵਿੱਚੋਂ ਨੀਵੇਂ ਨੇ, ਸਤ ਸੰਤੋਖ ਦਇਆ ਧਰਮ ਬਖਸ਼ ਕੇ ਬੁਲੰਦ ਹਸਤੀ ਸੰਤ ਵਾਲੀ ਬਖਸ਼ ਦਿੰਦਾ ਹੈ। ਤੇਰੀ ਇਹ ਅਜ਼ਮਤ ਹੈ, ਬਾਣੀ ਚਾਹੁੰਦਾ ਨਾ, ਸਤਿਗੁਰ ਮੇਰਾ ਸਦਾ ਦਇਆਲਾ ਮੋਹੈ ਦੀਨ ਕੋ ਰਾਖ ਲਿਆ। ਜੇ ਨਹੀਂ ਨਾ ਬਾਂਹ ਫੜਦਾ ਤੇ ਸਮਝ ਲਈ ਤੂੰ ਹਰੇ ਦੀਨ ਨਹੀਂ ਹੋਇਆ, ਹਰੇ ਆਪਣੇ ਤੇ ਥੋੜ੍ਹਾ ਬਹੁਤਾ ਮਾਣ ਹੋਵੇਗਾ ਵੀ ਮੈਂ ਕਰ ਸਕਦਾ ਹੈ। ਜਿਸ ਦਿਨ ਮੈਂ ਨਾ ਰਹੀ, ਕੇਵਲ ਤੂੰ ਰਹਿ ਗਿਆ, ਗੁਰੂ ਰਾਮਦਾਸ ਰਹਿ ਗਿਆ। ਕਹਿੰਦੇ ਉਹ ਐਸਾ ਦਿਆਲੂ ਹੈ, ਭਾਵੇਂ ਤੂੰ ਕਿਤਨਾ ਵੀ ਨੀਵਾ ਹੈ, ਕਿਤਨਾ ਵੀ ਤੂੰ ਦੁਰਕਾਰਿਆ ਹੋਇਆ ਹੈ, ਔਗਣਾਂ ਦੇ ਸਹਿਤ ਹੈ, ਗਰੀਬੀ ਵਸ ਹੈ, ਨਿਰਧਨ ਹੈ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਤੇਰਾ ਮਰਾਤਬਾ ਬੜਾ ਉੱਚਾ ਹੋ ਜਾਵੇਗਾ। ਗੁਰੂ ਰਾਮਦਾਸ ਕਦਮਾਂ ਤਲੇ ਰੁਲਣ ਵਾਲਿਆਂ ਨੂੰ ਬੁਲੰਦੀ ਬਖਸ਼ਦਾ ਹੈ। ਭਾਈ ਨੰਦ ਲਾਲ ਕਹਿੰਦੇ ਐ ਗੁਰੂ ਰਾਮਦਾਸ, ਤੂੰ ਦਸਤਗੀਰੀਏ ਹੈ, ਦਸਤ ਹੱਥ ਨੂੰ ਕਹਿੰਦੇ ਨੇ, ਗੀਰੀਏ ਦਾ ਮਤਲਬ ਪਕੜ ਲੈਣਾ। ਤੂੰ ਐਸੀ ਪਹੁੰਚ ਦਾ ਮਾਲਕ ਹੈ, ਜਿਹੜੇ ਕਮਜ਼ੋਰ ਨੇ ਨਾ, ਆਜ਼ਿਜ਼ਾਂ ਦੀਨ ਨੇ, ਜਿਹੜੇ ਲੋਕ ਵਿੱਚ ਤੇ ਬਾਂਹ ਫੜਦਾ ਹੀ ਹੈ, ਪਰਲੋਕ ਵਿੱਚ ਵੀ ਤੇਰਾ ਜ਼ੋਰ ਪੈਂਦਾ ਏ, ਕਿਉਂਕਿ ਉੱਥੇ ਤੂੰ ਨਿਰਗੁਣ ਸਰੂਪ ਹੈ, ਨਰਕਾਂ ਵਿੱਚ ਡੁੱਬਦਿਆਂ ਨੂੰ ਵੀ ਬਾਹੋਂ ਪਕੜ ਕੇ ਕੱਢ ਲੈਂਦਾ ਹੈ। ਲੋਕ ਤੇ ਪਰਲੋਕ ਸੁਹੇਲਾ ਉਹਨਾਂ ਦਾ ਜਿਹੜੇ ਗੁਰੂ ਰਾਮਦਾਸ ਅੱਗੇ ਦੀਨ ਹੋ ਗਏ, ਤੇ ਅਸੀਂ ਫਿਰ ਇਹ ਨਾਮ ਜਿਹੜਾ ਰਾਮਦਾਸ ਹੈ, ਭੱਟ ਸਾਹਿਬਾਨ ਕਹਿੰਦੇ ਇਹ ਜਪਣਾ ਏ, ਜਿਹੜਾ ਇਹ ਨਾਮ ਜਪੇਗਾ, ਜਿਹੜਾ ਉਹਦੇ ਗੀਤ ਗਾਵੇਗਾ, ਫਿਰ ਉਹਨੂੰ ਮਿਲੇਗਾ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ੍ਰੀ ਗੁਰੂ ਸਰਣ ਭੱਜ ਕਲ ਕਬ ਭੁਗਤ
मुकत सब गुरु लग भुगत दा मतलब है पदार्थ यही चाहिए ना जिंदगी बतीत करन लई तू सेवा कर गुरु रामदास दी शरण पैके तेरी झोली भर जाएगी पदार्था नाल मुकत 84 लाख जूना तो मुक्ति चाहुने हैं डिप्रैशन तो चिंतावां तो मुक्ति चाहुने हैं रोगां तो मुक्ति चाहुने हैं शरीर नवा नरोआ चाहुने हैं जिंदगी विच्चों बिघना दा विनाश होवे चाहुने हैं कहिंदे गुरु रामदास इस लोक विच भी दुखां तो निजात दवावेगा ते जिहड़े परलोक दे दुख ने जो जमा दी मार है उत्थों भी गुरु रामदास निजात दवा दिंदा है हुण आपां महाराज दे पावन जीवन वल वधदे हां भी इन्ने बुलंद रुतबे दा मालक गुरु रामदास ऐसी महान हस्ती गुरु नानक दे घर नाल जुड़ के हो निबड़िया बचपन वेखो ते बड़ा गरीबी भरिया मफलिस बड़ा दीना वाला जदों तुसीं उन्हां दे डेट ऑफ बर्थ बाबत पढ़ते हो आगाज प्रकाश बाबत पढ़ते हो 1591 बिक्रमी संमत कतक वधी दूज महाराज लाहौर दी चूना मंडी प्रगट होए करमा वाली मां दया कौर है भागा वाला बाप बाबा हरदास है देवनेत जिहड़ी है ना बड़ी बुलंद है जो पांच भूतक शरीर विच आया है वो शरीर मिटेगा उस जोत नूं अगले पेंडे वल चलना ही पवेगा थिरता नहीं है महल टिकिया रहन वाला नहीं है पंथ प्रकाश दे बोल ने गुर इतिहास ते कहिंदे ने सोडी हरिदास हरदासू दया कौर माता घर खासू ए परिवार का जिक्र हो गया केंदे माई बाप बचपन ची चलाना कर गए जो दाना पानी लिखिया सी उन्ना दे कर्मा विचो चुग के दुनिया तो चले गए पंथ प्रकाश विच जिक्र है इसी भांत बहु काल बितायो मात पिता सुरपुर मग लयो हुण घर विच गरीबी आई बाप नहीं ना रहा कमाउण वाला बासर के नानके ने नानी चल के चूना मंडी लाहौर आ गई है हुण सोडियां दा परिवार सी अमीर बड़े सन जदों बाप ना रहा ते गरीबी आउणी सी नानी जदों पास आई ते उन्हें घुंगणियां छोले उबाल के एक छाबे च पाउणे ते जेड़ी उम्र बाबा जेठा जी दी पढ़न दी सी ना गलियां विच बच्चियां नाल खेडन दी सी ओ किरत दे विच लगना पै गया और जो सारी दिहाड़ी घुंगणियां वेच के कमाउंदे ने ओदी रस्त आउंदी है दाल आटा लियांदा जांदा है ते मां नानी रोटियां पका के दिंदी है चाचे ताए शरीक किसे ने बाह नहीं फड़ी किसे ने साथ नहीं दिता दुखां लद्दा जीवन हो गया बाबा जेठा जी दा कोई आसरा ना बनिया देखो बड़ी मधुर मिठी आवाज विच बाबा जेठा गलियां च जाके घुंगणियां छोले वेचदे ने लैकर गए बाजार किरपाला होका देवत मधुर विशाला गुरप्रताप सूरज ग्रंथ दे बोल कवि संतोख सिंह जी लिखते ने होका दे दे के कहिंदे घुंगणियां वेचदे ने सुभा बड़ा दया वाला है हालात भावें गरीबी वाले ने लोड़वंद नूं बिना माया ले ही घुंगणियां दे आउंदे ने एक सिद्धांत है दुनिया दा चार पैसे ने तेरे कोल
ਤੇ ਯਾਰ ਮਿੱਤਰ ਸਾਗ ਸੰਬੰਧੀ ਇਉਂ ਮੰਡਰਾਉਣਗੇ ਤੇਰੇ ਕੋਲ ਜਿਵੇਂ ਗੁੜ ਤੇ ਮੱਖੀਆਂ ਮੰਡਰਾਉਂਦੀਆਂ ਨੇ। ਪੈਸਾ ਨਾ ਰਵੇ ਸਾਗ ਸੰਬੰਧੀ ਮਿੱਤਰ ਛੱਡ ਜਾਂਦੇ ਨੇ, ਇਉਂ ਉਡਾਰੀ ਲਾ ਕੇ ਦੂਰ ਹੁੰਦੇ ਨੇ ਜਿਵੇਂ ਮਿੱਠਾ ਮੁੱਕਣ ਤੇ ਮੱਖੀਆਂ ਉੱਡਦੀਆਂ ਨੇ। ਬੜਾ ਮਸ਼ਹੂਰ ਸ਼ਾਇਰ ਹੋਇਆ ਹੈ ਡਾਕਟਰ ਮੁਹੰਮਦ ਇਕਬਾਲ। ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿੱਚ ਵੀ ਉਹਨੇ ਨਾ ਨਜ਼ਮ ਲਿਖੀ ਹੈ, ਬਾਂਗੇ ਦਰਾਂ ਪੜ੍ਹਿਓ ਕਦੇ ਉਹਦੀ ਰਚਨਾ। ਖੈਰ ਉਹ ਇੱਕ ਸ਼ੇਰ ਆਪਣੀ ਕਲਮ ਚੋਂ ਪ੍ਰਗਟ ਕਰਦਾ ਹੈ, ਕਹਿੰਦਾ ਜਿਨ ਕੇ ਆਂਗਨ ਮੇ ਅਮੀਰੀ ਕਾ ਸ਼ਜਰ ਲਗਤਾ ਹੈ, ਉਨਕਾ ਹਰ ਐਬ ਵੀ ਜ਼ਮਾਨੇ ਕੋ ਹੁਨਰ ਲਗਤਾ ਹੈ। ਚਾਰ ਪੈਸੇ ਨੇ ਤੇਰੇ ਕੋਲ, ਤੈਨੂੰ ਬੋਲਣ ਦੀ ਨਾ ਵੀ ਅਕਲ ਹੋਵੇ ਨਾ, ਤੈਨੂੰ ਸਭਾ ਵਿੱਚ ਗੱਲ ਕਰਨ ਦੀ ਜਾਚ ਨਾ ਹੋਵੇ, ਔਗਣਾਂ ਨਾਲ ਤੂੰ ਭਰਿਆ ਹੋਵੇਂ, ਐਬੀ ਹੋਵੇਂ, ਨਸ਼ੇ ਕਰਦਾ ਹੋਵੇਂ, ਤੇ ਪਰੇ ਪੰਚਾਇਤ ਵਿੱਚ ਗੱਲ ਕਰੇ ਤੇ ਕਹਿੰਦੇ ਉਹ ਪੈਸੇ ਦਾ ਅਸਰ ਮਾਇਆ ਦੀ ਬਰਕਤ ਐਸੀ ਹੈ, ਲੋਕ ਵਾਹ ਵਾਹ ਕਰ ਉੱਠਦੇ ਨੇ ਵੀ ਬੜਾ ਗੱਲਕਾਰ ਬੰਦਾ ਹੈ। ਤੇ ਦੂਜੇ ਬੰਨੇ ਕੋਈ ਗੁਣਵੰਤਾ ਹੋਵੇ, ਗਿਆਨੀ ਹੋਵੇ, ਵਿਦਵਾਨ ਹੋਵੇ, ਬੜੇ ਅਲਫਾਜ਼ ਮਹਾਨ ਕੱਢਦਾ ਹੋਵੇ, ਸ਼ਬਦ ਜਾਲ ਹੋਵੇ ਜਿਹਦੀ ਜ਼ੁਬਾਨ ਤੋਂ ਪ੍ਰਗਟ ਹੁੰਦਾ, ਪਰੇ ਵਿੱਚ ਬਵੇ, ਪੰਚਾਇਤ ਵਿੱਚ ਬਵੇ, ਸਭਾ ਵਿੱਚ ਬਵੇ, ਸੁਸਾਇਟੀ ਵਿੱਚ ਬਵੇ, ਗੱਲ ਕਰੇ ਤੇ ਰੰਚਕ ਮਾਤਰ ਲੋਕ ਅਸਰ ਨਹੀਂ ਕਰਦੇ, ਕਿਉਂਕਿ ਪੈਸੇ ਦਾ ਭਾਰ ਨਹੀਂ ਹੈ ਉਹਦੇ ਕੋਲ। ਨਿਕੰਮਾ ਬੰਦਾ ਜੇ ਪੈਸੇ ਵਾਲਾ ਹੈ ਤੇ ਲੋਕ ਉਹਦੀ ਬੱਲੇ ਬੱਲੇ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕੁਝ ਇਸ ਤਰ੍ਹਾਂ ਫੁਰਮਾਨ ਕੀਤਾ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿੱਤ ਨਾ ਧਰੇ। ਗਰੀਬ ਬੰਦਾ, ਮੁਫਲਿਸ ਬੰਦਾ, ਪੈਸੇ ਤੋਂ ਹੀਣਾ ਬੰਦਾ